ਖਲਾਣ ਦੀ ਰੋਟੀ ਨਹੀਂ ਮਿਲਦੀ, ਗਰੀਬ ਘਰ ਹੈਗੇ ਆ, ਨਾ ਸਾਡਾ ਕੋਈ ਦਿਹਾੜੀ ਦੱਬਣ ਲੱਗਿਆ ਵਾ, ਭੁੱਖੇ ਮਰਦੇ ਪਏ ਆ। ਸਾਨੂੰ ਇੱਥੋਂ ਤੋਂ ਨਡਾਲੇ ਦੇ ਕੁਝ ਲੋਕ ਹੈਗੇ ਆ ਜਿਹੜੇ ਸਾਡੇ ਗਰੀਬ ਘਰ ਵਿੱਚ ਸਾਨੂੰ ਫੁਲਕੇ ਦੇ ਕੇ ਜਾਂਦੇ ਨੇ। ਇਸ ਤੋਂ ਪਹਿਲਾਂ ਵੀ ਤੁਹਾਨੂੰ ਕੋਈ ਫੁਲਕੇ ਰੋਟੀਆਂ ਦੇ ਕੇ ਅੱਜ ਫੁਲਕੇ ਦੇ ਕੇ ਗਿਆ? ਨਹੀਂ, ਕੋਈ ਨਹੀਂ ਦੇ ਕੇ ਗਿਆ, ਬਸ ਤੁਸੀਂ ਆਏ ਅੱਜ ਪਹਿਲੇ ਦਿਨ ਸਾਨੂੰ ਦੇ ਕੇ ਜਾਂਦੇ ਆ। 2 ਦਿਨ ਹੋ ਗਏ ਰੋਟੀ ਨਹੀਂ ਖਾਧੀ, ਅੱਜ ਤੁਸੀਂ ਦੇ ਕੇ ਗਏ। ਤੁਹਾਡਾ ਇਸ ਵਕਤ ਦੁਆ ਕਰਦੇ ਕਿ ਸਾਨੂੰ ਭੋਜਨ ਪਹੁੰਚੇ ਰਹੇ, ਬਹੁਤ ਵਧੀਆ ਤੁਸੀਂ ਕਰਮ ਕਰਿਆ ਜੀ। ਹਾਂਜੀ, ਬਾਕੀ ਸਾਨੂੰ ਬਹੁਤ ਮੁਸ਼ਕਿਲ ਆ ਰਹੀ ਹੈ ਦਿਹਾੜੀ ਤੋਂ ਪਿਆਰੇ, ਕੋਈ ਨਹੀਂ ਸਾਨੂੰ ਸਰਕਾਰ ਨੂੰ ਕੋਈ ਸਹੂਲਤ ਨਹੀਂ ਮਿਲੀ, ਆ ਤੁਹਾਡੇ ਨੂੰ ਸਹੂਲਤ ਕਰਨੇ ਪੈਂਦੇ ਚਲ ਮਿਲ ਰਹੀ ਆ, ਅਤੇ ਬਾਕੀ ਦਿਹਾੜੀਦਾਰ ਬੰਦੇ ਆ, ਦਿਹਾੜੀ ਕਰਾਂਗੇ ਤਾਂ ਬੱਚੇ ਭੋਜਨ ਪਾਣੀ ਖਵਾ ਸਕਦੇ ਨੇ, ਦਿਹਾੜੀ ਤੋਂ ਪੈ ਕਰੀਦਾ ਜੀ। ਇੱਦਾਂ ਇੱਕ ਪਾਸੇ ਜਿੱਥੇ ਕਰਫਿਊ ਦੌਰਾਨ ਦੁਕਾਨਦਾਰਾਂ ਵੱਲੋਂ ਖਾਣ ਪੀਣ ਦੀਆਂ ਚੀਜ਼ਾਂ ਦੇ ਭਾਅ ਅਸਮਾਨ ਤੱਕ ਚੁੱਕ ਦਿੱਤੇ ਹਨ, ਉੱਥੇ ਹੀ ਸਮਾਜ ਵਿੱਚ ਕੁਝ ਲੋਕ ਅਜਿਹੇ ਵੀ ਹਨ ਜੋ ਇਸ ਘੜੀ ਵਿੱਚ ਉਹਨਾਂ ਲੋੜਵੰਦਾਂ ਦੀ ਮਦਦ ਲਈ ਪੱਬਾ ਭਾਰ ਹੋਏ ਹਨ, ਜਿਨ੍ਹਾਂ ਦੇ ਚੁੱਲ੍ਹੇ 'ਚ ਅੱਗ ਸਵੇਰੇ ਕੀਤੀ ਹੋਈ ਮਿਹਨਤ ਤੋਂ ਬਾਅਦ ਹੀ ਬਲਦੇ ਹਨ। ਉਹਨਾਂ ਵਿੱਚ ਕੌਮਾਂਤਰੀ ਪੱਧਰ ਦੀ ਸਮਾਜ ਸੇਵੀ ਸੰਸਥਾ ਸਿਖ ਰਿਲੀਫ ਯੂਕੇ ਵੱਲੋਂ ਅੱਜ ਕਸਬਾ ਨਡਾਲਾ ਤੇ ਆਸ ਪਾਸ ਰਹਿੰਦੇ ਲੋੜਵੰਦ ਪਰਿਵਾਰਾਂ ਨੂੰ ਘਰ ਘਰ ਜਾ ਕੇ ਲੰਗਰ ਵੰਡਿਆ ਗਿਆ। ਇਸ ਤੋਂ ਪਹਿਲਾਂ ਉਹਨਾਂ ਜਨਤਾ ਦੀ ਸੇਵਾ ਵਿੱਚ ਲੱਗੇ ਪੁਲਿਸ ਪ੍ਰਸ਼ਾਸਨ ਲਈ ਵੀ ਨਾਸ਼ਤੇ ਦਾ ਪ੍ਰਬੰਧ ਕੀਤਾ ਗਿਆ। ਇਸ ਸੰਬੰਧੀ ਸੰਸਥਾ ਦੇ ਸੇਵਾਦਾਰ ਹਰਮਨ ਸਿੰਘ ਨਡਾਲਾ ਨੇ ਦੱਸਿਆ ਕਿ ਇਸ ਮੌਕੇ ਉਹਨਾਂ ਅੱਜ ਕਰੀਬ 500 ਦੇ ਕਰੀਬ ਪਰਿਵਾਰਾਂ ਨੂੰ ਲੰਗਰ ਛਕਾਇਆ ਹੈ ਅਤੇ ਇਹ ਸੇਵਾ ਅੱਗੇ ਵੀ ਜਾਰੀ ਰਹੇਗੀ। ਇਸ ਮੌਕੇ ਉਹਨਾਂ ਪੁਲਿਸ ਪ੍ਰਸ਼ਾਸਨ ASP ਪਲਾਥੇ ਡਾਕਟਰ ਸਿਮਰਤ ਕੌਰ, SHO ਸੁਭਾਨਪੁਰ ਜਸਪਾਲ ਸਿੰਘ, ਚੌਂਕੀ ਇੰਚਾਰਜ ਜਸਵੀਰ ਸਿੰਘ, ਗੁਰਦੁਆਰਾ ਬੌਲੀ ਸਾਹਿਬ ਦੇ ਮੈਨੇਜਰ ਸੁਖਵਿੰਦਰ ਸਿੰਘ ਵੱਲੋਂ ਮਿਲੇ ਸਹਿਯੋਗ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਸਾਡੇ ਸਹਿਯੋਗੀ ਸਰਬੱਤ ਸਿੰਘ ਕੰਗ ਨੇ ਉਹਨਾਂ ਪਰਿਵਾਰਾਂ ਨਾਲ ਗੱਲਬਾਤ ਵੀ ਕੀਤੀ। ਪੇਸ਼ ਹੈ ਮੇਰਾ ਪਿੰਡ ਨਡਾਲਾ ਤੋਂ ਰਘਵਿੰਦਰ ਸਿੰਘ ਦੀ ਇਹ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀਓ, ਵਿਸ਼ਵ ਭਰ ਦੇ ਵਿੱਚ ਅੱਜ ਕਰੋਨਾ ਨਾਂ ਦੇ ਵਾਇਰਸ ਨੇ ਲੋਕਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਡਰਾਇਆ ਹੋਇਆ ਹੈ, ਜਿਸ ਦੇ ਕਾਰਨ ਵੱਖ ਵੱਖ ਦੇਸ਼ਾਂ ਵਿੱਚ ਬੜੀ ਵੱਡੀ ਪੱਧਰ 'ਤੇ ਮਨੁੱਖਤਾ ਦਾ ਘਾਣ ਹੋਇਆ ਹੈ। ਜੋ ਸਿੱਖ ਕੌਮ ਦਾ ਵਿਲੱਖਣ ਇਤਿਹਾਸ ਹੈ, ਵਿਲੱਖਣਤਾ ਹੈ ਕਿ ਸਿੱਖ ਕੌਮ ਦੇ ਲੰਗਰ ਦੀ ਜੋ ਪ੍ਰਥਾ ਹੈ ਗੁਰੂ ਰਾਮਦਾਸ ਸਾਹਿਬ ਮਹਾਰਾਜ ਨੇ ਚਲਾਈ ਸੀ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਸ ਤੋਂ ਪਹਿਲਾਂ 20 ਰੁਪਏ ਵਿੱਚ ਸੱਚਾ ਸੌਦਾ ਕਰਕੇ ਭੁੱਖੇ ਸਾਧੂ ਨੂੰ ਲੰਗਰ ਛਕਾਇਆ ਸੀ। ਇਹ ਪਰੰਪਰਾ ਜੋ ਗੁਰੂ ਨਾਨਕ ਸਾਹਿਬ ਤੋਂ ਚੱਲੀ ਸੀ, ਗੁਰੂ ਅਮਰਦਾਸ ਸਾਹਿਬ ਜੀ ਨੇ ਇਸ ਪਰੰਪਰਾ ਨੂੰ ਹੋਰ ਅੱਗੇ ਵਧਾਇਆ, ਪੰਗਤ ਲੰਗਰ ਔਰ ਪੰਗਤ ਦੀ ਗੱਲ ਕੀਤੀ। ਸੋ ਸਿੱਖ ਕੌਮ ਦਾ ਬੜਾ ਵਿਲੱਖਣ ਇਤਿਹਾਸ ਹੈ ਕਿ ਉਹ ਆਪਣੇ ਅਕੀਦੇ ਨੂੰ ਕਦੀ ਨਹੀਂ ਭੁੱਲਦੀ। ਇਸ ਵੇਲੇ ਜੋ ਵਾਇਰਸ ਕਰੋਨਾ ਵਾਇਰਸ ਦੇ ਨਾਲ ਮਨੁੱਖਤਾ ਦਾ ਘਾਣ ਹੋ ਰਿਹਾ ਹੈ, ਅੱਜ ਪੂਰੇ ਦੇਸ਼ ਭਰ ਦੇ ਵਿੱਚ ਜਿੱਥੇ ਵੱਖ ਵੱਖ ਦੇਸ਼ਾਂ ਦੇ ਵਿੱਚ ਸਰਕਾਰਾਂ ਵੱਲੋਂ ਆਪਣੀਆਂ ਪੇਸ਼ਬੰਦੀਆਂ ਕੀਤੀਆਂ ਗਈਆਂ ਨੇ, ਉੱਥੇ ਅੱਜ ਭਾਰਤ ਵਿੱਚ ਪੂਰੀ ਤਰ੍ਹਾਂ ਤਾਲਾਬੰਦੀ ਕੀਤੀ ਗਈ ਹੈ ਔਰ ਪੰਜਾਬ ਦੇ ਵਿੱਚ 31 ਮਾਰਚ ਤੱਕ ਕਰਫਿਊ ਸਰਕਾਰ ਵੱਲੋਂ ਐਲਾਨਿਆ ਹੈ। ਇਹ ਐਲਾਨ ਸਾਡੀ ਜਨਤਾ ਦੀ ਭਲਾਈ ਵਾਸਤੇ ਹੈ, ਲੋਕਾਂ ਦੀ ਭਲਾਈ ਵਾਸਤੇ ਹੈ ਕਿ ਜੋ ਬਿਮਾਰੀ ਦਾ ਜੋ ਵਾਇਰਸ ਹੈ ਹੋਰ ਅੱਗੇ ਤੋਂ ਅੱਗੇ ਨਾ ਫੈਲੇ, ਸੋ ਲੋਕ ਆਪਣੇ ਘਰਾਂ ਵਿੱਚ ਰਹਿਣ। ਸੋ ਅੱਜ ਜੋ ਇੰਟਰਨੈਸ਼ਨਲ ਤੌਰ 'ਤੇ ਕੌਮਾਂਤਰੀ ਤੌਰ 'ਤੇ ਸੇਵਾਵਾਂ ਦੇ ਰਹੀ ਹੈ ਸਿੱਖ ਰਿਲੀਫ ਯੂਕੇ,
ਉਹਨਾਂ ਵੱਲੋਂ ਇਹ ਉਪਰਾਲਾ ਕੀਤਾ ਗਿਆ ਕਿ ਜਿਹੜੇ ਝੁੱਗੀ ਝੌਂਪੜੀ ਵਿੱਚ ਰਹਿੰਦੇ ਹਨ ਗਰੀਬ ਲੋਕ ਜੋ ਝੁੱਗੀਆਂ ਝੌਂਪੜੀਆਂ ਵਿੱਚ ਰਹਿੰਦੇ ਹਨ ਉਹਨਾਂ ਵਾਸਤੇ ਲੰਗਰ ਜੋ ਤਿਆਰ ਕੀਤਾ ਗਿਆ ਸੀ ਗੁਰਦੁਆਰਾ ਬੌਲੀ ਸਾਹਿਬ ਸਵੇਰ ਤੋਂ ਹੀ ਲੰਗਰ ਤਿਆਰ ਕਰਕੇ ਅੱਜ ਉਹਨਾਂ ਨੂੰ ਅਸੀਂ ਦੁਪਹਿਰ ਵੇਲੇ ਲੰਗਰ ਲੈ ਕੇ ਪਹੁੰਚੇ ਹਨ। ਸੇਵਾਦਾਰ ਹਨ ਭਾਈ ਸਿਮਰਨ ਸਿੰਘ, ਹਰਮਨ ਸਿੰਘ ਜੀ ਭਾਈ ਸੇਵਾਦਾਰ ਜਿਹੜੇ ਇਹਨਾਂ ਦਾ ਉਪਰਾਲਾ ਸਾਰੇ ਅਸੀਂ ਨਾਲ ਇਹਨਾਂ ਜੁਟੇ ਹਾਂ, ਭਾਈ ਨਵਜਿੰਦਰ ਸਿੰਘ ਬੱਗਾ, ਭਾਈ ਸੁਖਵਿੰਦਰ ਸਿੰਘ ਜੀ ਔਰ ਭਾਗੂ ਜੀ ਸਾਰੇ ਸੇਵਾਦਾਰ, ਭਾਈ ਮਨਜਿੰਦਰ ਸਿੰਘ ਜੀ ਲਾਡੀ। ਸੋ ਬੜੀ ਚੰਗੀ ਗੱਲ ਹੈ ਕਿ ਸਵੇਰ ਤੋਂ ਹੀ ਇਸ ਲੰਗਰ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਅਤੇ ਅੱਜ ਮੈਂ ਇਹ ਕਹਿਣਾ ਦੱਸਾਂਗਾ ਕਿ ਇਹ ਲੰਗਰ ਦੀ ਸੇਵਾ ਲਗਾਤਾਰ ਜਿੰਨੀ ਦੇਰ ਵੀ ਕਰਫਿਊ ਹੈ ਲੱਗੇਗੀ। ਨਡਾਲੇ ਵਿੱਚ ਜੋ ਸਟੇਡੀਅਮ ਵਿੱਚ ਝੁੱਗੀ ਝੌਂਪੜੀ ਵਿੱਚ ਰਹਿੰਦੇ ਪਰਿਵਾਰ ਹਨ, ਅੱਡੇ ਨਡਾਲੇ ਦੇ ਝੁੱਗੀ ਝੌਂਪੜੀ ਵਾਲੇ ਲਿਫਾਫੇ ਚੁਗਣ ਵਾਲੇ ਉਹਨਾਂ ਦੇ ਬੱਚਿਆਂ ਨੂੰ ਇਹ ਲੰਗਰ ਜੋ ਹੈ ਛਕਾਇਆ ਜਾਵੇਗਾ। ਇਸ ਮਕਸਦ ਦੇ ਵਾਸਤੇ ਪੰਜਾਬ ਪੁਲਿਸ ਵੱਲੋਂ ਜਿੱਥੇ ਸਾਨੂੰ ਬੜੀ ਵੱਡੀ ਪੱਧਰ 'ਤੇ ਅਮਦਾਦ ਦਿੱਤੀ ਜਾ ਰਹੀ ਹੈ, ਸਹਾਇਤਾ ਕੀਤੀ ਜਾ ਰਹੀ, ਸਹਿਯੋਗ ਦਿੱਤਾ ਜਾ ਰਿਹਾ, ਉੱਥੇ ਸਵੇਰੇ ਉਹਨਾਂ ਸਾਰੇ ਮੁਲਾਜ਼ਮ ਜੋ ਔਖੀ ਘੜੀ ਵਿੱਚ ਡਿਊਟੀ ਕਰ ਰਹੇ ਹਨ ਉਹਨਾਂ ਵਾਸਤੇ ਸਵੇਰ ਦਾ ਪ੍ਰਸ਼ਾਦਾ ਪਰੌਂਠੇ ਨਾਸ਼ਤਾ ਕਰਵਾਇਆ ਗਿਆ ਸੀ। ਸੋ ਹਰ ਸਤਨਾਮ ਸਿੰਘ ਜੀ ਜੋ ਨਡਾਲ ਨਿਵਾਸੀ ਹਨ ਉਹ ਇਸ ਵੇਲੇ ਜਿਹੜੇ ਇਸ ਔਖੀ ਘੜੀ ਵਿੱਚ ਡਿਊਟੀ ਕਰ ਰਹੇ ਹਨ ਅਤੇ ਲੋਕ ਜਿਨ੍ਹਾਂ ਦੇ ਕੋਲ ਮਾਸਕ ਨਹੀਂ ਹਨ ਉਹਨਾਂ ਦੇ ਵਾਸਤੇ ਮਾਸਕ ਸਿਲਾਈ ਕਰਕੇ ਉਹ ਜਿਹੜੇ ਉਹ ਥਾਂ ਥਾਂ 'ਤੇ ਵੰਡ ਰਹੇ ਹਨ। ਇੱਕ ਦੋ ਦਿਨਾਂ ਵਿੱਚ ਹੋਰ ਵੱਡੀ ਪੱਧਰ 'ਤੇ ਕਰੀਬ ਉਹਨਾਂ ਦਾ 3000 ਦਾ ਨਿਸ਼ਾਨਾ ਹੈ ਕਿ 3000 ਤੱਕ ਜੋ ਮਾਸਕ ਉਹ ਤਿਆਰ ਕਰਕੇ ਵੰਡਣਗੇ। ਸੋ ਇਹ ਸੇਵਾਵਾਂ ਲਗਾਤਾਰ ਜਾਰੀ ਰਹਿਣਗੀਆਂ ਭੁੱਖਿਆਂ ਨੂੰ। ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਕਿ ਗਰੀਬ ਦਾ ਜੋ ਮੂੰਹ ਹੈ ਗੁਰੂ ਕੀ ਗੋਲਕ ਹੈ। ਸ਼੍ਰੋਮਣੀ ਕਮੇਟੀ ਵੱਲੋਂ, ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ ਇਸ ਤਰ੍ਹਾਂ ਦੀਆਂ ਅਪੀਲਾਂ ਕੀਤੀਆਂ ਜਾ ਰਹੀਆਂ ਹਨ ਕਿ ਜਿਹੜਾ ਖਜ਼ਾਨੇ ਦੇ ਮੂੰਹ ਖੋਲ੍ਹ ਦਿੱਤੇ ਜਾਣ। ਸੋ ਸਿੱਖ ਰਿਲੀਫ ਵੱਲੋਂ ਬੜਾ ਵੱਡਾ ਉਪਰਾਲਾ ਕੀਤਾ ਗਿਆ। ਅਰਦਾਸ ਸਰਬੱਤ ਸਿੰਘ ਕੰਗ ਔਰ ਸਾਡੀ ਟੀਮ ਨਡਾਲਾ, ਮੇਰਾ ਵੀ ਨਡਾਲਾ ਟੀਮ, ਰਘਵਿੰਦਰ ਸਿੰਘ ਜੀ, ਮਨਜਿੰਦਰ ਸਿੰਘ ਮਾਨ, ਸਾਰੇ ਪ੍ਰੈਸ ਵਾਲੇ ਜਿੰਨੇ ਵੀ ਭਾਈਚਾਰਾ ਹੈ ਸਾਰੇ ਤਨੋ ਮਨੋ ਹੋ ਕੇ ਸੇਵਾ ਦੇ ਵਿੱਚ ਯੋਗਦਾਨ ਪਾ ਰਹੇ ਹਨ। ਪੁਲਿਸ ਵਾਲੇ ਸਹਿਯੋਗ ਦੇ ਰਹੇ ਹਨ, ਸਰਦਾਰ ਜਸਬੀਰ ਸਿੰਘ ਜੀ ਚੌਂਕੀ ਇੰਚਾਰਜ, ਸਰਦਾਰ ਜਸਪਾਲ ਸਿੰਘ ਜੀ ਬਾਜਵਾ ਔਰ ਮੈਡਮ ASP ਭਲੱਥ, ਉਹ ਵੀ ਬੜਾ ਸਾਨੂੰ ਉਤਸ਼ਾਹ ਦੇ ਰਹੇ ਹਨ ਕਿ ਤੁਸੀਂ ਇਸ ਪਾਸੇ ਉਪਰਾਲਾ ਕਰੋ। ਸੋ ਬਹੁਤ ਬਹੁਤ ਜਿਹੜੇ ਸਹਿਯੋਗ ਦੇ ਰਹੇ ਉਹਨਾਂ ਦਾ ਧੰਨਵਾਦ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਹ ਲੰਗਰ ਦੀ ਸੇਵਾ ਲਗਾਤਾਰ ਜਾਰੀ ਹੈਗੀ। ਆਪ ਜੀ ਨਾਲ ਜੁੜੇ ਰਹਾਂਗੇ, ਗੱਲ ਕਰਦੇ ਰਹਾਂਗੇ। ਬਹੁਤ ਬਹੁਤ ਧੰਨਵਾਦ। ਕੀ ਨਾਮ ਤੁਹਾਡਾ? ਰੇਸ਼ਮਾ। ਤੁਸੀਂ ਕਿੱਥੇ ਰਹਿੰਦੇ ਹੋ? ਅਸੀਂ ਸਟੇਡੀਅਮ 'ਚ ਰਹਿੰਦੇ, ਨਡਾਲੇ। ਨਡਾਲੇ ਸਟੇਡੀਅਮ। ਜਿਹੜਾ ਇਹ ਕਰਫਿਊ ਲੱਗਾ ਤੁਹਾਨੂੰ ਪਤਾ ਕਿਸ ਕਾਰਨ ਲੱਗਾ ਵਾ? ਹਾਂਜੀ, ਬਿਮਾਰੀ ਕਰਕੇ ਲੱਗਾ ਹੋਇਆ ਤੇ ਰੋਟੀ ਨਹੀਂ ਮਿਲਣ ਦੀ, ਗਰੀਬ ਘਰ ਹੈਗੇ ਆ, ਨਾ ਸਾਡਾ ਕੋਈ ਦਿਹਾੜੀ ਦੱਪਾ ਲੱਗਣ ਦਿਆ ਵਾ, ਭੁੱਖੇ ਮਰਦੇ ਪਏ ਆ। ਸਾਨੂੰ ਇੱਥੋਂ ਦੇ ਨਡਾਲੇ ਦੇ ਕੁਛ ਲੋਕ ਹੈਗੇ ਆ ਕਿਹੜੇ ਸਾਡੇ ਗਰੀਬੀ ਘਰ ਵਿੱਚ, ਸਾਨੂੰ ਫੁਲਕੇ ਦੇ ਕੇ ਜਾਂਦੇ ਆ ਦਿਨ ਰਾਤ ਰੋਟੀ। ਰੋਟੀਆਂ ਦੇ ਗਿਆ ਜਾਂ ਫੁਲਕੇ ਦੇ ਕੇ? ਨਹੀਂ, ਕੋਈ ਨੀ ਦੇ ਕੇ ਗਿਆ, ਬਸ ਤੁਸੀਂ ਆਏ ਅੱਜ ਪਹਿਲੇ ਦਿਨ, ਸਾਨੂੰ ਦੇ ਕੇ ਜਾਂਦੇ ਆ। 2 ਦਿਨ ਹੋ ਗਏ ਰੋਟੀ ਨਹੀਂ ਖਾਧੀ, ਅੱਜ ਤੁਸੀਂ ਦੇ ਕੇ ਗਏ ਆ। ਤੁਸੀਂ ਸਰਕਾਰ ਕੋਲ ਪੜ੍ਹੇ ਲਿਖੇ ਕਿੰਨਾ ਪੜ੍ਹੇ ਤੁਸੀਂ? ਸਰਕਾਰ ਕੋ ਕੀ ਮੰਗ ਕਰਦੇ ਹੋ? ਸਰਕਾਰ ਕੋ ਇਹੋ ਮੰਗ ਕਰਦੇ ਆ ਕਿ ਸਾਡੇ ਗਰੀਬ ਲੋਕ ਆ, ਸਾਡੀ ਬਿਮਾਰੀ ਘਰ ਵਾ, ਸਾਡੇ ਕੋ ਕੁਛ ਸੋਚਿਆ ਨਹੀਂ ਜਾਂਦਾ, ਸਾਡੇ ਕੋ ਸੋਚੋ ਕਿ ਰੋਟੀ ਦੇ ਕੇ ਜਾਓ ਸਾਨੂੰ, ਅਸੀਂ ਕਿੱਥੋਂ ਕਰਨਾ, ਕਿੱਥੋਂ ਖਾਣਾ। ਇੱਥੇ ਕਿੰਨੇ ਪਰਿਵਾਰ ਤੁਹਾਡੇ ਰਹਿ ਰਹੇ ਨੇ? ਇੱਥੇ ਘੱਟ ਤੋਂ ਘੱਟ 150 ਬੰਦਾ ਸਾਡਾ ਰਹਿੰਦਾ, ਕਿਹੜਾ ਭੁੱਖਾ ਮਰਨ ਦਿਆ ਬਿਮਾਰੀ ਦੀ ਵਜ੍ਹਾ ਨਾਲ। ਤੇ ਤੁਹਾਨੂੰ ਕੋਈ ਦਵਾਈਆਂ ਦੀ ਲੋੜ ਹੈ ਜਾਂ ਕਿਸ ਤਰ੍ਹਾਂ ਦੀ ਹੋਰ ਕਿਸ ਤਰ੍ਹਾਂ ਦੀ ਲੋੜ ਤੁਹਾਨੂੰ? ਪੈਸੇ ਦੀ ਲੋੜ ਹੈ ਉਹ ਸਰਕਾਰ ਤੋਂ? ਹਾਂਜੀ, ਰੋਟੀ ਤਾਂ ਸਾਨੂੰ ਤੁਸੀਂ ਦੇ ਕੇ ਜਾਂਦੇ ਹੋ, ਪੈਸੇ ਦੀ ਸਾਨੂੰ ਲੋੜ ਹੈ, ਕਿਹੜਾ ਦਿਨ ਰਾਤ ਤੁਹਾਨੂੰ ਪਤਾ ਕੋਈ ਰੋਟੀ ਦੀ ਵੀ ਤੁਸੀਂ ਸਾਡਾ ਗੁਜ਼ਾਰਾ ਕਰੀ ਜਾਂਦੇ, ਕੋਈ ਚਾਹ, ਕੋਈ ਬਿਮਾਰੀ, ਬੱਚਾ, ਕੋਈ ਕੁਛ ਵੀ ਹੱਲ ਹੋ ਸਕਦਾ ਆ। ਸਾਨੂੰ ਕੋਈ ਨਹੀਂ, ਸਰਕਾਰ ਵੱਲੋਂ ਕੋਈ ਹੱਲ ਨਹੀਂ ਸਾਡਾ ਹੋਣ ਦਿਆ ਵਾ, ਸਰਕਾਰ ਸਾਨੂੰ ਭੁੱਖਿਆ ਮਾਰਨ ਦੀ ਆ, ਸਾਨੂੰ ਸਰਕਾਰ ਦਾ ਕੋਈ ਫਾਇਦਾ ਨਹੀਂ। ਅੱਜ ਤੁਸੀਂ ਆਏ ਆ, ਸਾਨੂੰ ਰੋਟੀ ਦੇ ਕੇ ਗਏ ਆ ਤੇ 2 ਦਿਨ ਦੇ ਭੁੱਖੇ ਹੀ ਤਾਂ ਅੱਜ ਖਾਣ ਲੱਗੇ ਰੱਜ ਕੇ।
ਮੈਂ ਨਾ ਕੇਚੋ ਜੀ। ਤੁਸੀਂ ਕਿੱਥੇ ਰਹਿੰਦੇ ਹੋ? ਸਟੇਡੀਅਮ ਚ ਜੀ। ਸਟੇਡੀਅਮ ਨਡਾਲੇ ਦਾ? ਸਟੇਡੀਅਮ ਲਡਾਲੇ ਦਾ, ਲਡਾਲੇ ਦਾ। ਤੇ ਜਿਹੜਾ ਇਹ ਆਪਣਾ ਇੱਕ ਤੁਹਾਨੂੰ ਪਤਾ ਕਿ ਕੀ ਕਾਰਨ ਹੈ ਜਿਹੜਾ ਇਹ ਕਰਫਿਊ ਲੱਗਾ ਵਾ? ਇਹੋ ਜੀ ਬਿਮਾਰੀ ਦਾ ਕਰਕੇ ਦੱਸਦਾ ਇਹਨੇ, ਬਿਮਾਰੀ ਬਹੁਤ ਫੈਲ ਗਈ। ਬਿਮਾਰੀ ਬਹੁਤ ਫੈਲਦੀ ਇਹ ਬਿਮਾਰੀ ਆਪਣੇ ਫਾਇਦੇ ਵਾਸਤੇ ਹੈ। ਸਭ ਤੋਂ ਪਹਿਲਾਂ ਤੁਹਾਨੂੰ ਇਹ ਰਿਕੁਐਸਟ ਹੈ ਕਿ ਆਪਣੇ ਘਰਾਂ ਵਿੱਚ ਰਹਿਣਾ। ਠੀਕ ਹੈ ਜੀ। ਤੁਹਾਨੂੰ ਅਸੀਂ ਰੋਜ਼ ਦੁਪਹਿਰੇ ਇਸ ਟਾਈਮ ਲੰਗਰ ਦੇਵਾਂਗੇ, ਰਾਤ ਦਾ ਲੰਗਰ ਜਾਂ ਸਵੇਰ ਦਾ ਤੁਸੀਂ ਆਪ ਇੰਤਜ਼ਾਮ ਕਰਨਾ। ਠੀਕ ਹੈ ਜੀ। ਸਾਰੇ ਪਰਿਵਾਰਾਂ ਨੂੰ ਕਹਿਣਾ ਕਿ ਉਹ ਜਦੋਂ ਘਰ ਵਿੱਚ ਵੀ ਰਹਿਣਾ ਥੋੜ੍ਹਾ ਦੂਰ ਦੂਰ ਰਹਿਣ। ਠੀਕ ਹੈ ਜੀ। ਤੁਹਾਨੂੰ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਆ ਰਹੀਆਂ ਜਿਹੜਾ ਇਹ ਕਰਫਿਊ ਲੱਗਾ ਵਾ, ਰੋਟੀ ਪਾਣੀ ਜਾਂ ਕੰਮ ਕਾਰ ਲਈ? ਸਾਨੂੰ ਤਾਂ ਜਨਾਬ ਹਰ ਤਰ੍ਹਾਂ ਦੀ ਮੁਸ਼ਕਲ ਆ ਰਹੀ, ਰੋਟੀ ਦੀ ਮੁਸ਼ਕਲ ਬਹੁਤ ਜ਼ਿਆਦਾ ਆ ਰਹੀ ਹੈ, ਮਤਲਬ ਵੀ ਬਹੁਤ ਜ਼ਿਆਦਾ ਭੁੱਖੇ ਬੱਚੇ ਰਹਿ ਜਾਂਦੇ ਨੇ, ਬਹੁਤ ਮੰਦਾ ਹਾਲ ਆ। ਤੁਹਾਡਾ ਵੀ ਸ਼ੁਕਰ ਦੁਆ ਕਰਦੇ ਕਿ ਸਾਨੂੰ ਭੋਜਨ ਪਾਣੀ ਦੇ ਰਹੇ ਜੋ, ਬਹੁਤ ਵਧੀਆ ਤੁਸੀਂ ਕਰਨ ਦੇ ਜੋ। ਹਾਂਜੀ, ਬਾਕੀ ਸਾਨੂੰ ਬਹੁਤ ਮੁਸ਼ਕਲ ਆ ਰਹੀ ਹੈ ਦਿਹਾੜੀ ਤੋਂ ਪਿਆਰੇ। ਕੋਈ ਨਹੀਂ ਸਾਨੂੰ ਸਰਕਾਰ ਵੱਲੋਂ ਕੋਈ ਸਹੂਲਤ ਨਹੀਂ ਮਿਲੀ ਆ, ਤੁਹਾਡੇ ਵੱਲੋਂ ਸਹੂਲਤ ਲੰਗਰ ਪਾਣੀ ਚਲੋ ਮਿਲਣ ਡਈ ਆ, ਤੇ ਬਾਕੀ ਦਿਹਾੜੀਦਾਰ ਬੰਦੇ ਆ, ਦਿਹਾੜੀ ਕਰਾਂਗੇ ਤੇ ਬੱਚੇ ਭੋਜਨ ਪਾਣੀ ਖਵਾ ਸਕਦੇ, ਨਹੀਂ ਤੇ ਅਸੀਂ ਭੁੱਖੇ ਪੁੱਛੇ। ਕੀ ਕੰਮ ਤੁਸੀਂ ਕਰਦੇ ਹੋ? ਅਸੀਂ ਦਿਹਾੜੀ ਤੋਂ ਪਾਈ ਕਰੀਦਾ ਜੀ। ਕਿਸ ਤਰ੍ਹਾਂ ਦਾ ਕੰਮ ਕਰਦੇ? ਕਿਸ ਤਰ੍ਹਾਂ ਜਦ ਜ਼ਮੀਨਦਾਰਾਂ ਦਾ, ਮਤਲਬ ਕੋਈ ਦਿਹਾੜੀ ਮਿਲ ਜਾਏ ਕੋਈ, ਕਿਸ ਤਰ੍ਹਾਂ? ਤੁਸੀਂ ਸਰਕਾਰ ਕੋ ਕੀ ਮੰਗ ਕਰਦੇ ਹੋ ਇਹਦੇ ਵਾਸਤੇ? ਅਸੀਂ ਸਰਕਾਰ ਦੀ ਮੰਗ ਇਹੋ ਕਰਦੇ ਹਾਂ, ਮਾੜੇ ਚੀਜ਼ ਦਾ ਕੰਟਰੋਲ ਕਰਕੇ ਸਾਨੂੰ ਯਾਦ ਕੀਤਾ ਜਾਵੇ, ਮਤਲਬ ਬਹੁਤ ਔਖੇ ਹੈਗੇ ਆ। ਤੁਹਾਨੂੰ ਮਦਦ ਵੀ ਕੀਤੀ ਜਾਵੇ, ਕੋਈ ਮਦਦ ਸਾਡੀ ਕੀਤੀ ਭੁੱਖੇ ਮਰਨ ਦਾ ਰਾਸ਼ਨ ਦਿੱਤਾ ਜਾਵੇ? ਹਾਂਜੀ, ਭੁੱਖੇ ਮਰਨ ਹੈ, ਬਿਲਕੁਲ ਰਾਤ ਦੀ ਰੋਟੀ ਨਹੀਂ, ਪਰਸੋਂ ਦੀ ਨਹੀਂ ਖਾਧੀ, ਬਿਲਕੁਲ ਭੁੱਖੇ ਬੈਠੇ ਹੈਗੇ। ਠੀਕ ਹੈ, ਘਰ ਦੇ ਵਿੱਚ ਜੀ। ਹਾਂਜੀ, ਸੰਗਤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਸਿੱਖ ਰਿਲੀਫ ਆ, ਉਹਨੇ ਅੱਜ ਤੋਂ ਜੋ ਲੰਗਰ ਦੀ ਸੇਵਾ ਉਹ ਸ਼ੁਰੂ ਕੀਤੀ ਹੈ, ਕਿਉਂਕਿ ਜਿੱਥੇ ਕਰੋਨਾ ਦਾ ਇੰਨਾ ਡਰ ਆ, ਉੱਥੇ ਸਾਨੂੰ ਇਹ ਵੀ ਡਰ ਆ ਕਿ ਸਾਡੇ ਜਿਹੜੇ ਪੰਜਾਬ ਦੇ ਲੋਕ ਨੇ, ਜਿਹਦੇ ਵਿੱਚ ਪ੍ਰਵਾਸੀ ਮਜ਼ਦੂਰ ਨੇ, ਜੋ ਰੋਜ਼ ਦੇ ਨਿਰਭਰ ਹੁੰਦੇ ਨੇ, ਕਿ ਤੁਸੀਂ ਦੇਖ ਸਕਦੇ ਹੋ ਪਿੱਛੇ ਜਿਹੜੇ ਝੁੱਗੀਆਂ ਝੌਂਪੜੀਆਂ ਵਾਲੇ ਨੇ, ਉਹ ਆਪਣਾ ਜਿਹੜਾ ਰੋਜ਼ ਦਾ ਸਮਾਨ ਇਕੱਠਾ ਕਰਕੇ ਉਹਨਾਂ ਨੂੰ ਵੇਚ ਕੇ ਸਮਾਨ ਨੂੰ ਉਹ ਆਪਣਾ ਗੁਜ਼ਾਰਾ ਕਰਦੇ ਸੀ। ਉਹਨਾਂ ਦੀ ਜਿਹੜੀ ਜੀਵਨ ਆ ਉਹ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਆ ਇਹ ਕਰਫਿਊ ਦੇ ਕਰਕੇ, ਉਹ ਪ੍ਰਸ਼ਾਦੇ ਪਾਣੀ ਤੋਂ ਤੰਗ ਹੋਏ ਪਏ ਸੀ, ਅਤੇ ਅਸੀਂ ਸਿੱਖ ਰਿਲੀਫ ਨੇ ਜਿਹੜਾ ਪ੍ਰਸ਼ਾਦੇ ਪਾਣੀ ਦਾ ਪ੍ਰਬੰਧ ਕੀਤਾ ਆ ਉੱਥੇ। ਨਾਲ ਅਸੀਂ ਸੰਗਤ ਨੂੰ ਕਹਾਂਗੇ ਤੁਹਾਡਾ ਵੀ ਸਹਿਯੋਗ ਜਿਹੜਾ ਨਾਲ ਉਹ ਸਾਨੂੰ ਚਾਹੀਦਾ ਆ, ਕਿ ਤੁਸੀਂ ਆਪਣੇ ਘਰਾਂ ਦੇ ਵਿੱਚ ਪ੍ਰਸ਼ਾਦੇ ਤਿਆਰ ਕਰਕੇ ਦੇ ਸਕਦੇ ਹੋ, ਕੋਈ ਸੁੱਕੀ ਸਮੱਗਰੀ ਦੇ ਸਕਦੇ ਹੋ, ਕਿਸੇ ਵੀ ਤਰ੍ਹਾਂ ਦੀ ਸਾਡੀ ਹੈਲਪ ਕਰ ਸਕਦੇ ਹੋ। ਅਸੀਂ ਜੋ ਨਡਾਲੇ ਦੇ ਵਿੱਚ ਅੱਜ ਕੀਤਾ ਆ, ਇਹ ਅਸੀਂ ਚਾਹੁੰਦੇ ਹਾਂ ਕਿ ਵੱਖ ਵੱਖ ਪਿੰਡਾਂ ਦੇ ਵਿੱਚ ਜਿਹੜੇ ਮਜ਼ਦੂਰ ਨੇ, ਜੋ ਗਰੀਬ ਪਰਿਵਾਰ ਨੇ, ਉਹਨਾਂ ਨੂੰ ਆਪਾਂ ਕੁਛ ਨਾ ਕੁਛ ਦੇਈਏ। ਜਿਵੇਂ ਹੁਣ ਅਸੀਂ ਮਾਸਕ ਆ ਜਿਹੜੇ, ਇਹ ਵੀ ਆਪਣੇ ਘਰ ਦੇ ਤਿਆਰ ਕੀਤੇ ਨੇ। ਇਹ ਜੋ ਸਾਡਾ ਵੀਰ ਹਰ ਸਤਨਾਮ ਸਿੰਘ, ਉਹਨੇ 3000 ਮਾਸਕ ਦੀ ਸੇਵਾ ਜਿਹੜੀ ਉਹਨੇ ਲਈ ਹੈ, ਜੋ ਕੱਪੜਾ ਲੱਗੇਗਾ ਉਹ ਦੇਣਗੇ। ਅਤੇ ਮੈਂ ਸੰਗਤ ਨੂੰ ਚਾਹੁੰਦਾ ਵਾਂ ਵੱਧ ਤੋਂ ਵੱਧ ਸਹਿਯੋਗ ਦੇਣ, ਅਤੇ ਆਪਾਂ ਵੱਧ ਤੋਂ ਵੱਧ ਸੇਵਾ ਕਰ ਸਕੀਏ। ਅੱਜ ਕਿੰਨੇ ਪਰਿਵਾਰਾਂ ਨੂੰ ਜਿਹੜਾ ਲੰਗਰ ਵਰਤਾਇਆ? ਅੱਜ ਜੋ ਆ 400 ਪਰਿਵਾਰ ਸੀ ਸਾਡੇ ਨਡਾਲੇ ਦਾ, ਜੋ ਪ੍ਰਵਾਸੀ ਪਰਿਵਾਰ ਨੇ, ਜਿਨ੍ਹਾਂ ਵਿੱਚ ਕੁਛ ਸਾਡੇ ਜਿਹੜੇ ਇੱਥੋਂ ਦੇ ਰਹਿਣ ਵਾਲੇ ਵੀ ਨੇ, ਅਤੇ ਅਸੀਂ ਹੋਰ ਵੀ ਅੱਗੋਂ ਜਿਹੜੇ ਉਹ ਵੱਧ ਤੋਂ ਵੱਧ ਪਤਾ ਕਰਕੇ, ਅਤੇ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਅਸੀਂ ਉਹਨਾਂ ਦਾ ਪਤਾ ਕਰਕੇ ਅਤੇ ਉਹਨਾਂ ਨੂੰ ਹੋਰ ਲੰਗਰ ਜਿਹੜਾ ਉਹ ਉਹਨਾਂ ਤੱਕ ਪਹੁੰਚਾਵਾਂਗੇ। ਅਤੇ ਅੱਗੇ ਵੀ ਜਾਰੀ ਰਹੇਗੀ ਸੇਵਾ? ਇਹ ਸੇਵਾ ਨਿਰੰਤਰ ਜਾਰੀ ਰਹੇਗੀ, ਅਤੇ ਸੰਗਤ ਨੂੰ ਅਸੀਂ ਵੱਧ ਤੋਂ ਵੱਧ ਕਹਿੰਦੇ ਹਾਂ ਕਿ ਸਾਡਾ ਵੀ ਸਹਿਯੋਗ ਦਿੱਤਾ ਜਾਵੇ, ਅਤੇ ਸਾਡੇ ਨਾਲ ਜੋ ਘਰਾਂ ਦੇ ਵਿੱਚ ਪ੍ਰਸ਼ਾਦੇ ਆ ਉਹ ਤੁਸੀਂ ਤਿਆਰ ਕਰਕੇ ਦੇ ਸਕਦੇ ਹੋ, ਕੋਈ ਹੋਰ ਜਿਹੜੀਆਂ ਵਸਤਾਂ ਨੇ ਉਹ ਦੇ ਸਕਦੇ ਹੋ ਤੁਸੀਂ। ਅਤੇ ਸਥਾਨਕ ਪ੍ਰਸ਼ਾਸਨ ਵੱਲੋਂ ਕਿਹੋ ਜਿਹਾ ਸਹਿਯੋਗ ਮਿਲ ਰਿਹਾ ਤੁਹਾਨੂੰ? ਦੇਖੋ ਜੀ, ਪ੍ਰਸ਼ਾਸਨ ਨੇ ਸਾਨੂੰ ਜਿਹੜਾ ਆ ਇਹ ਪਰਮਿਸ਼ਨ ਦਿੱਤੀ ਹੈ, ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਜਿਹੜੀ ਲੋਕਾਂ ਦੀ ਜਿਹੜੀ ਮੰਗ ਆ ਉਹਨੂੰ ਦੇਖ ਕੇ ਇਹ ਜਿਹੜੀ ਪਰਮਿਸ਼ਨ ਹੈ ਲੰਗਰ ਦੀ ਦਿੱਤੀ ਹੈ। ਅਸੀਂ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਕਰਦੇ ਹਾਂ। ਅਤੇ ਇਸ ਬਿਮਾਰੀ ਸੰਬੰਧੀ ਤੁਸੀਂ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ? ਅਸੀਂ ਇਹਨਾਂ ਨੂੰ ਨਾਲ ਨਾਲ ਅਵੇਅਰ ਵੀ ਕਰ ਰਹੇ ਹਾਂ, ਜੋ ਸਿੱਖ ਰਿਲੀਫ ਵੱਲੋਂ ਇੱਕ ਲੈਟਰ ਬਣਾਇਆ ਗਿਆ ਆ ਉਹਦੇ ਉੱਤੇ, ਪੇਪਰ ਦੇ ਉੱਤੇ ਅਸੀਂ ਇਹਨਾਂ ਨੂੰ ਪੇਪਰ ਵੀ ਵੰਡ ਰਹੇ ਹਾਂ ਨਾਲ ਨਾਲ, ਜਿੱਦਾਂ ਘਰਾਂ ਦੇ ਵਿੱਚ ਜਾ ਕੇ ਕਿ ਜੋ ਵੀ ਤੁਸੀਂ ਉਹ ਕਿੱਦਾਂ ਬਚਾਅ ਹੋ ਸਕਦਾ ਆ, ਕਿੱਦਾਂ ਤੁਸੀਂ ਆਪਣੇ ਘਰਾਂ ਦੇ ਵਿੱਚ ਹੀ ਰਹੋ, ਬਾਹਰ ਨਾ ਨਿਕਲੋ। ਅਸੀਂ ਜਿਹੜਾ ਇਹ ਇਹਨਾਂ ਨੇ ਸਾਨੂੰ ਜ਼ਿਆਦਾ ਮੰਗ ਕੀਤੀ ਸੀ ਕਿ ਸਾਡੀ ਪ੍ਰਸ਼ਾਦੇ ਤੋਂ ਜ਼ਿਆਦਾ ਤੰਗ ਆ, ਅਤੇ ਅਸੀਂ ਜਿਹੜੀ ਉਹ ਪ੍ਰਸ਼ਾਦੇ ਦੀ ਇਹਨਾਂ ਦੀ ਉਹ ਪੂਰਤੀ ਪੂਰੀ ਕਰਾਂਗੇ।
ਅਤੇ ਅਸੀਂ ਚਾਹਵਾਂਗੇ ਕਿ ਇਹ ਲੋਕ ਆਪਣੇ ਘਰਾਂ ਦੇ ਵਿੱਚ ਸੇਫ ਰਹਿਣ।